ਜੇਕਰ ਤੁਸੀਂ ਪੰਜਾਬ ਦੇ ਖਰੜ ਏਰੀਆ ਦੇ ਵਿੱਚ ਕੋਈ ਫਲੈਟ ਦੇਖ ਰਹੇ ਹੋ ਆਪਣੇ ਵਾਸਤੇ ਜਾਂ ਕੋਈ ਪਲਾਟ ਦੇਖ ਰਹੇ ਹੋ ਜਾਂ ਕਿਸੇ ਤਰ੍ਹਾਂ ਦੀ ਕੋਈ ਕੋਠੀ ਦੇਖ ਰਹੇ ਹੋ ਤਾਂ ਹੋ ਜਾਓ ਸਾਵਧਾਨ, ਕਿਉਂਕਿ ਇਸ ਤਰ੍ਹਾਂ ਦਾ ਇੱਕ ਗਰੋਹ ਐਕਟਿਵ ਹੈ। ਹਾਲਾਂਕਿ ਖਰੜ ਪੁਲਿਸ ਨੇ ਇੱਕ ਪਰਦਾ ਫਾਸ਼ ਕੀਤਾ, ਇੱਕ ਗੈਂਗ ਦਾ ਜਿਹੜੀ ਮਾਸਟਰ ਮਾਈਂਡ ਹੈ ਉਹ ਲੇਡੀ ਦੱਸੀ ਜਾ ਰਹੀ ਹੈ, ਜਿਹਨੇ ਕਾਫੀ ਲੋਕਾਂ ਦੇ ਨਾਲ ਠੱਗੀ ਕੀਤੀ ਹੈ। ਆਪਣਾ ਕੋਠੀ ਕਹਿ ਕੇ, ਆਪਣਾ ਫਲੈਟ ਕਹਿ ਕੇ, ਉਹਨੂੰ ਵੇਚਣ ਦੀ ਗੱਲ ਕਹਿ ਕੇ, ਲੱਖਾਂ ਰੁਪਏ ਜਿਹੜਾ ਹੈਗਾ ਟੋਕਨ ਮਨੀ ਦੀ ਗੱਲ ਕਰ ਲਈਏ ਜਾਂ ਫਿਰ ਐਡਵਾਂਸ ਕਹਿ ਲਈਏ, ਉਹ ਲੈ ਕੇ ਫਰਾਰ ਹੋ ਜਾਂਦੀ ਸੀ। ਹਾਲਾਂਕਿ ਹੁਣ ਪੁਲਿਸ ਨੇ ਇਹਦੇ ਵਿੱਚ ਲਗਾਤਾਰ ਕੰਪਲੇਂਟਸ ਆਈ ਤੇ ਪੁਲਿਸ ਨੇ ਇਨਵੈਸਟੀਗੇਸ਼ਨ ਕਰਦੇ ਹੋਏ ਮਾਮਲੇ ਦਰਜ ਕੀਤੇ ਤੇ ਜਿਹੜੀ ਲੇਡੀ ਹੈ ਉਸਨੂੰ ਤੇ ਉਹਦੇ ਸਾਥੀਆਂ ਨੂੰ ਕਾਬੂ ਕੀਤਾ ਹੈ। ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕਈ ਚੀਜ਼ਾਂ ਦਾ ਖੁਲਾਸਾ ਹੋਇਆ। ਸਾਡੇ ਨਾਲ ਸੀਨੀਅਰ ਆਫਿਸਰ ਨੇ, ਡਿਪਟੀ ਸੁਪਰਡੈਂਟ ਆਫ ਪੁਲਿਸ ਖਰੜ ਕਰਨ ਸਿੰਘ ਸੰਧੂ ਸਾਡੇ ਨਾਲ ਨੇ। ਕਰਨ ਸਰ, ਲੇਡੀ ਬਾਰੇ ਜਿਹੜੀ ਜਾਣਕਾਰੀ ਤੁਸੀਂ ਦਿੱਤੀ, ਇਨਵੈਸਟੀਗੇਸ਼ਨ ਚ ਕੀ ਆਇਆ, ਕੰਪਲੇਂਟ ਕੀ ਸੀ ਆ ਰਹੀ ਸੀ? ਬੇਸਿਕਲੀ ਜੀ, ਨੇਹਾ ਕੌਰ ਉਰਫ ਨੇਹਾ ਸ਼ਰਮਾ ਨਾਮ ਦੀ ਲੇਡੀ ਹੈਗੀ ਆ। ਇਹਨੇ ਇੱਥੇ ਆਪਣਾ ਰੀਅਲ ਸਟੇਟ ਦਾ ਜਿਹੜਾ ਆਫਿਸ ਖੋਲਿਆ ਸੀ, ਹੌਕ ਰੀਅਲ ਸਟੇਟ ਨਾਮ ਤੇ ਇੱਕ ਆਫਿਸ ਖੋਲਿਆ ਸੀ, ਕੁਝ ਮੁਲਾਜ਼ਮ ਰੱਖੇ ਹੋਏ ਸੀ। ਇਹ ਬੇਸਿਕਲੀ ਇਹਦੀ ਮੋਡਸ ਅਪਰੈਂਡੀ ਇਹ ਸੀ ਕਿ ਇਹ ਜਿਹੜੇ ਲੋਕ ਸੀ ਮੋਸਟਲੀ ਆਊਟ ਆਫ ਸਟੇਟ, ਜਿਹੜੇ ਲੋਕ ਇੱਥੇ ਕੁਛ ਨਾ ਕੁਛ ਕੋਈ ਇਨਵੈਸਟਮੈਂਟ ਪਰਪਸ ਨੂੰ ਜਾਂ ਵੈਸੇ ਆਪਣੇ ਰਹਿਣ ਨੂੰ ਆਉਂਦੇ ਸੀਗੇ, ਇਹਨਾਂ ਨਾਲ ਕੰਟੈਕਟ ਕਰਦੇ ਸੀਗੇ ਤੇ ਇਹ ਉਹਨਾਂ ਨੂੰ ਕੁਛ ਕੋਠੀਆਂ, ਕੁਛ ਪਲਾਟ, ਕੁਛ ਫਲੈਟ ਦਿਖਾਉਂਦੀ ਸੀਗੀ ਤੇ ਆਪਣੇ ਆਪ ਨੂੰ ਉਹਨਾਂ ਦਾ ਦੱਸਦੀ ਸੀ ਕਿ ਮੇਰਾ ਓਨਰਸ ਨਾਲ ਜਾਂ ਤਾਂ ਬਿਆਨਾ ਹੋਇਆ ਹੋਇਆ ਜਾਂ ਮੈਂ ਉਹਨਾਂ ਤੋਂ ਖਰੀਦਿਆ ਹੋਇਆ, ਪਾਵਰ ਆਫ ਅਟੋਰਨੀ ਵਗੈਰਾ ਜਾਂ ਕੁਛ ਨਾ ਕੁਛ ਉਸ ਤਰੀਕੇ ਦਾ ਕਲੇਮ ਕਰਦੀ ਸੀਗੀ ਤੇ ਉਹਨਾਂ ਤੋਂ ਉਸੇ ਪ੍ਰੋਟੈਕਸਟ ਚ ਜਿਹੜਾ ਹੈਗਾ ਜਾਂ ਤਾਂ ਉਹਨਾਂ ਨਾਲ ਬਿਆਨਾ ਕਰ ਲੈਂਦੀ ਸੀਗੀ, ਝੂਠਾ ਬਿਆਨਾ ਆਪਣੇ ਆਪ ਨੂੰ ਓਨਰ ਦੱਸ ਕੇ ਤੇ ਉਹਨਾਂ ਤੋਂ ਜਿਹੜੇ ਹੈਗੇ ਆ ਪੈਸੇ ਲੈ ਕੇ ਤੇ ਉਹਨਾਂ ਨਾਲ ਠੱਗੀ ਮਾਰਦੀ ਸੀ। ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੀ ਆਇਆ, ਕੱਲੀ ਕਰਦੀ ਸੀ ਜਾਂ ਕੋਈ ਹੋਰ ਵੀ ਇਹਦੇ ਨਾਲ? ਹੁਣ ਤੱਕ ਨਹੀਂ ਜੀ, ਇਹਦੇ ਨਾਲ ਇਹਦੇ ਇੱਕ ਗਰੋਹ ਸੀਗਾ, ਇਹਦੇ ਨਾਲ ਹੋਰ ਵੀ ਇਹਨਾਂ ਦੇ ਤਿੰਨ ਚਾਰ ਜਣੇ ਹੋਰ ਸੀ, ਉਹਨਾਂ ਤੇ ਵੀ ਅਸੀਂ ਮੁਕੱਦਮਾ ਦਰਜ ਕੀਤਾ। ਹੁਣ ਤੱਕ ਇਹਦੇ ਤੇ ਅਸੀਂ ਤਿੰਨ ਮੁਕੱਦਮੇ ਜਿਹੜੇ ਹੈਗੇ ਆ, FIR ਨੰਬਰ 61, FIR ਨੰਬਰ 65 ਜਿਹੜਾ ਹੈਗਾ ਥਾਣਾ ਸਦਰ ਖਰੜ, ਉਹ ਰਜਿਸਟਰ ਕੀਤਾ ਹੈਗਾ। ਤੇ ਕਈ ਲੋਕ ਇਹਦੇ ਵਿੱਚ ਕੰਪਲੇਂਟਸ ਲੈ ਕੇ ਆਏ ਤੁਹਾਡੇ ਕੋਲ ਸਰ? ਹਾਂਜੀ, ਸਾਡੇ ਕੋਲ ਹਜੇ ਤੱਕ ਤਿੰਨ ਲੋਕ ਜਿਹੜੇ ਹੈਗੇ ਨੇ, ਉਹ ਤਾਂ ਉਹਨਾਂ ਦਾ ਤਾਂ ਅਸੀਂ ਮੁਕੱਦਮਾ ਦਰਜ ਕਰਤਾ ਹੈਗਾ। ਇੱਕ ਨਾਲ ਇਹਨਾਂ ਨੇ 20 ਲੱਖ ਦੀ ਠੱਗੀ ਮਾਰੀ ਸੀ, ਦੂਸਰੇ ਨਾਲ 7 ਲੱਖ ਦੀ ਤੇ ਤੀਜੇ ਨਾਲ 11 ਲੱਖ ਦੀ, ਤੇ ਦੋ ਤਿੰਨ ਕੰਪਲੇਂਟਸ ਹੋਰ ਨੇ ਜਿਹੜੀਆਂ, ਉਹ ਵੀ ਅਸੀਂ ਉਹਨਾਂ ਦੀ ਪੜਤਾਲ ਕਰਕੇ ਤੇ ਉਹਦੇ ਵਿੱਚ ਵੀ ਜਿਹੜੀ ਆ ਸਾਰਾ ਵੈਰੀਫਾਈ ਕਰਕੇ ਉਹਦੇ ਵਿੱਚ ਵੀ ਕਾਨੂੰਨੀ ਕਾਰਵਾਈ ਕਰ ਰਹੇ ਹਾਂ। ਸਾਹਿਬ, ਕਿੰਨੇ ਦਿਨਾਂ ਤੋਂ ਐਕਟਿਵ ਹੈ, ਔਰ ਖਾਸ ਤੌਰ ਤੇ ਖਰੜ ਏਰੀਆ ਦੇ ਵਿੱਚ ਐਕਟਿਵ ਸੀਗੇ? ਰਾਠੀ ਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਇਹਦੇ ਤੇ 2022 ਦੇ ਵਿੱਚ ਵੀ 5 ਮੁਕੱਦਮੇ ਦਰਜ ਹੋਏ ਸੀਗੇ। ਇਹ ਪਹਿਲਾਂ ਵੀ ਇਸ ਏਰੀਏ 'ਚ ਆਪਰੇਟ ਕਰਦੀ ਸੀਗੀ, ਉਦੋਂ ਮੁਕੱਦਮੇ ਦਰਜ ਹੋ ਗਈ ਸੀ, ਉਸ ਤੋਂ ਬਾਅਦ ਇਹ ਜੇਲ੍ਹ 'ਚ ਰਹੀ ਆ ਤੇ 2023 'ਚ ਇਹਨੂੰ ਬੇਲ ਮਿਲ ਗਈ ਸੀ ਤੇ ਉਸ ਤੋਂ ਉਪਰੰਤ ਇਹ ਕੁਛ ਮਹੀਨਿਆਂ ਬਾਅਦ ਇੱਥੇ ਆਈ ਆ ਤੇ ਸਾਡੇ ਨੋਟਿਸ 'ਚ ਕੁਛ ਟਾਈਮ ਪਹਿਲਾਂ ਹੀ ਇਹ ਆਈ ਸੀ ਕਿ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਅਜਿਹਾ ਕੋਈ ਗਰੋਹ ਸਾਡੇ ਏਰੀਆ ਦੇ ਵਿੱਚ ਹੋ ਸਕਦਾ ਤੇ ਅਸੀਂ ਇਨਫੋਰਮੇਸ਼ਨ ਡਿਵੈਲਪ ਕੀਤੀ ਤੇ ਸਾਨੂੰ ਕੰਪਲੇਨੈਂਟ ਵੀ ਉਸੇ ਦੌਰਾਨ ਮਿਲ ਗਏ ਤੇ ਉਹਦੇ ਬੇਸਿਸ ਤੇ ਅਸੀਂ ਫਿਰ ਉਸ ਤੋਂ ਬਾਅਦ ਕਾਰਵਾਈ ਕਰਕੇ ਇਹਨੂੰ ਨੈਪ ਕੀਤਾ। ਸਰ, ਮੋਸਟਲੀ ਤੁਸੀਂ ਕਿਹਾ ਕਿ ਬਾਹਰ ਦੇ ਜਿਹੜੇ ਬਾਹਰ ਦੇ ਆਊਟਰ ਜਿਹੜੇ ਲੋਕ ਸੁਪਨਾ ਹੁੰਦਾ ਹੈ ਕਿ ਆਪਣਾ ਘਰ ਲਈ, ਆਪਣਾ ਫਲੈਟ ਲਈ, ਔਰ ਖਾਸ ਤੌਰ ਤੇ ਕਿਉਂਕਿ ਹੱਬ ਬਣਿਆ ਹੋਇਆ ਖਰੜ, ਡੇਰਾ ਬੱਸੀ, ਜੀਰਕਪੁਰ, ਉਹਨਾਂ ਨੂੰ ਹੀ ਨਿਸ਼ਾਨਾ ਬਣਾਉਂਦੇ ਸੀ? ਦੇਖੋ, ਹਜੇ ਤੱਕ ਜ਼ਿਆਦਾ ਜਿਹੜੇ ਵਿਕਟਿਮ ਨੇ, ਜਿਵੇਂ ਮੈਂ ਦੱਸਿਆ ਕਿ ਸਾਡੇ ਕੋਲ ਜ਼ਿਆਦਾ ਵਿਕਟਿਮ ਜਿਹੜੇ ਇਹਦੇ ਆਏ ਨੇ ਉਹ ਆਊਟ ਆਫ ਸਟੇਟ ਜਿਹੜੇ ਨੇ, ਜਿਵੇਂ ਦੋ ਸਾਡੇ ਕੋਲ ਇੱਕ ਉਨਾ ਦੇ ਆਏ ਨੇ, ਇੱਕ ਹਮੀਰਪੁਰ ਦੇ, ਇੱਕ ਕਾਲਕਾ ਦੇ, ਤਾਂ ਮੋਸਟਲੀ ਜਿਹੜੇ ਬਾਹਰੋਂ ਲੋਕ ਆਊਟ ਆਫ ਸਟੇਟ ਇੱਥੇ ਆਉਂਦੇ ਨੇ ਉਹਨਾਂ ਦਾ ਲੋਕਲ ਕੋਈ ਨੈਟਵਰਕ ਨਹੀਂ ਹੁੰਦਾ, ਉਹ ਕੁਛ ਵੈਰੀਫਾਈ ਨਹੀਂ ਕਰ ਸਕਦੇ ਕਿ ਪ੍ਰੋਪਰਟੀ ਕਿਸੇ ਦੇ ਨਾਮ ਤੇ ਹੈ ਜਾਂ ਨਹੀਂ ਹੈ। ਅਜਿਹੇ ਲੋਕ ਜਿਹੜੇ ਨੇ ਉਹ ਇਹਨਾਂ ਦੇ ਛੇਤੀ ਇਹਨਾਂ ਤੋਂ ਲੇਅਰ ਹੋ ਕੇ ਤੇ ਇਹਨਾਂ ਦੇ ਟਾਰਗੇਟ ਤੇ ਜਿਹੜੇ ਆ ਜਾਂਦੇ ਸੀ। ਸਰ, ਡਾਕੂਮੈਂਟਸ ਕੀ ਕੀ ਰਿਕਵਰ ਹੁਣ ਤੱਕ ਦੀ ਇਨੀਸ਼ੀਅਲ ਇਨਵੈਸਟੀਗੇਸ਼ਨ? ਇਨੀਸ਼ੀਅਲ ਇਨਵੈਸਟੀਗੇਸ਼ਨ ਚ ਜੀ, ਦੋ ਨਾਲ ਤਾਂ ਇਹਨੇ ਜਿਹੜੇ ਤੁਹਾਨੂੰ ਮੈਂ ਦੱਸਿਆ ਕਿ ਆਪਦੇ ਆਪ ਨੂੰ ਜਿਹੜਾ ਫਾਈਨ ਓਨਰ ਦੱਸ ਕੇ ਤੇ ਬਿਆਨਾ ਕੀਤਾ, ਉਹ ਅਸੀਂ ਡਾਕੂਮੈਂਟ ਰਿਕਵਰ ਕਰ ਲਏ।
ਬਾਕੀ ਇਹਨਾਂ ਤੋਂ ਹੋਰ ਪ੍ਰੋਪਰਟੀਜ਼ ਰਿਲੇਟਡ ਡਾਕੂਮੈਂਟ ਇਹਨਾਂ ਦੇ ਆਫਿਸ ਚ ਵੀ ਅਸੀਂ ਰੇਡ ਕਰਕੇ ਤੇ ਉਥੋਂ ਪ੍ਰੋਪਰਟੀ ਰਿਲੇਟਡ ਡਾਕੂਮੈਂਟਸ ਵੀ ਜਿਹੜੇ ਸੀਜ਼ ਕੀਤੇ। ਕਿੰਨੇ ਲੋਕਾਂ ਦੀ ਗ੍ਰਿਫਤਾਰੀ ਹਜੇ ਤੱਕ ਹੋਈ ਹੈ ਸਰ? ਇਹਦਾ ਜੀ ਇੱਕ ਇਹਦੀ ਨੇਹਾ ਦੀ ਹੋਈ ਹੈ, ਇੱਕ ਇਹਦੇ ਨਾਲ ਜਿਹੜਾ ਹੈਗਾ ਬੰਦਾ ਉਹਦੀ ਹੋਈ ਹੈ, ਤੇ ਬਾਕੀਆਂ ਦੀ ਜਿਹੜੀ ਹੈਗੀ ਗ੍ਰਿਫਤਾਰੀ ਉਹਦੇ ਲਈ ਕੋਸ਼ਿਸ਼ ਜਾਰੀ ਹੈ ਜੀ। ਸਰ ਇਹ ਮੈਰਿਡ ਹੈਗੀ ਆਪਣੇ ਹਸਬੰਡ ਦੇ ਨਾਲ? ਹਾਂਜੀ ਇਹ ਮੈਰਿਡ ਤਾਂ ਹੈਗੀ ਆ, ਪਰ ਇਹ ਦੱਸ ਰਹੀ ਹੈ ਕਿ ਮੈਂ ਉਹਦੇ ਨਾਲ ਸੈਪਰੇਟਡ ਹੈਗੀ ਹਾਂ। ਸੈਪਰੇਟਡ ਹੋਰ ਇਨਵੈਸਟੀਗੇਸ਼ਨ ਚ ਕੁਝ ਸਾਹਮਣੇ ਆਇਆ ਹੋਵੇ, ਖੁਲਾਸਾ ਹੋਵੇ ਕਿ ਕਿਸ ਤਰ੍ਹਾਂ ਇਹ ਮੋਡਸ ਆਪਰੈਂਡੀ ਆਫਿਸ ਕਦ ਲਿੱਤਾ ਸੀਗਾ, ਆਫਿਸ ਕਿੱਥੇ ਹੈ? ਇਹਨੇ ਜੀ ਦੋ ਆਫਿਸ ਜਿਹੜੇ ਹੈਗੇ ਨੇ ਇਸ ਏਰੀਆ ਚ ਜਿਹੜੇ ਓਪਨ ਕੀਤੇ ਸੀ, ਇੱਕ ਸਨੀ ਇਨਕਲੇਵ ਸੈਕਟਰ 123 ਤੇ ਇੱਕ ਲਾਂਡਰਾ ਰੋਡ ਤੇ, ਦੋ ਆਫਿਸ ਇਹਨੇ ਓਪਨ ਕੀਤੇ ਸੀ ਤੇ ਹੌਕ ਰੀਅਲ ਸਟੇਟ ਦੇ ਨਾਮ ਤੇ ਇਹਨੇ ਆਫਿਸ ਓਪਨ ਕੀਤੇ। ਠੀਕ ਹੈ, ਤਾਂ ਹੋਰ ਵੀ ਕੋਈ ਬਿਲਡਰ ਜਾਂ ਕਿਸੇ ਤਰ੍ਹਾਂ ਦਾ ਕੋਈ ਏਜੰਟ ਇਹਦੇ ਵੀ ਸ਼ਾਮਿਲ ਹੈ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੋਈ ਆਇਆ ਹੋਵੇ? ਫਿਲਹਾਲ ਤਾਂ ਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ, ਪਰ ਅਸੀਂ ਇਹਦਾ ਰਿਮਾਂਡ ਹਾਸਲ ਕਰਕੇ ਤੇ ਇਹਦੇ ਤੋਂ ਡੂੰਘਾਈ ਨਾਲ ਪੁੱਛਗਿੱਛ ਕਰ ਰਹੇ ਹਾਂ। ਹੋ ਸਕਦਾ ਵੀ ਕੋਈ ਹੋਰ ਇਹਦਾ ਕੋਈ ਪਹਿਲਾਂ ਇਹ ਕਿਤੇ ਕੰਮ ਕਰਦੀ ਹੋਵੇ, ਉਹ ਚੀਜ਼ ਤਾਂ ਨਹੀਂ ਸਾਨੂੰ ਐਸ ਸੱਚ ਕੋਈ ਡਾਇਰੈਕਟਲੀ ਸਾਹਮਣੇ ਆਈ, ਪਰ ਇਸ ਚੀਜ਼ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਇੱਥੇ ਰੀਅਲ ਸਟੇਟ ਦੇ ਕਾਫੀ ਲੋਕ ਇਨਵੈਸਟਮੈਂਟ ਕਰਦੇ ਹੈਗੇ ਨੇ, ਤਾਂ ਕਈ ਲੋਕ ਮਤਲਬ ਮੋਸਟਲੀ ਤਾਂ ਲੋਕ ਸਹੀ ਤਰੀਕੇ ਨਾਲ ਕੰਮ ਕਰਦੇ ਨੇ, ਪਰ ਅਜਿਹੇ ਠੱਗ ਵੀ ਇੱਥੇ ਕਈ ਐਕਟਿਵ ਹੈਗੇ ਨੇ। ਤਾਂ ਬਿਲਕੁਲ ਜਿੱਦਾਂ ਸਰ ਨੇ ਕਿਹਾ ਕਿ ਬਹੁਤ ਜ਼ਰੂਰੀ ਹੈ ਕਿ ਜਿਹੜੇ ਲੋਕ ਬਾਹਰੋਂ ਆਉਂਦੇ ਆ, ਜਿੱਦਾਂ ਸਰ ਨੇ ਵੀ ਦੱਸਿਆ ਕਿ ਉਹਨਾਂ ਵਾਸਤੇ ਪੂਰਾ ਵੈਰੀਫਾਈ ਕੀਤਾ ਜਾਵੇ। ਕੋਈ ਵੀ ਪ੍ਰੋਪਰਟੀ ਡੀਲਰ, ਹਾਲਾਂਕਿ ਸਾਰੇ ਇਸ ਤਰ੍ਹਾਂ ਦੇ ਨਹੀਂ ਹੁੰਦੇ, ਲੇਕਿਨ ਇਸ ਤਰ੍ਹਾਂ ਦੇ ਠੱਗ ਲੋਕਾਂ ਦੀ ਜਿਹੜੀ ਮਿਹਨਤ ਦੀ ਗੁੜੀ ਕਮਾਈ ਹੁੰਦੀ ਹੈ ਉਹ ਕਿਸ ਤਰ੍ਹਾਂ ਹੜਪਣ ਦੀ ਜਾਂ ਠੱਗਣ ਦੀ ਗੱਲ ਕਰਦੇ ਆ। ਇਸੇ ਕਰਕੇ ਬਹੁਤ ਜ਼ਰੂਰੀ ਹੈ ਕਿ ਪਹਿਲਾਂ ਵੈਰੀਫਾਈ ਕਰੋ, ਪ੍ਰੋਪਰ ਵੈਰੀਫਾਈ ਕਰੋ ਜਿਹੜਾ ਤੁਸੀਂ ਮਕਾਨ, ਫਲੈਟ, ਪਲਾਟ ਜਿਹੜਾ ਤੁਸੀਂ ਲੈ ਰਹੇ ਹੋ ਉਹ ਕਿਹਦੇ ਨਾਂ ਤੇ ਹੈ। ਪੂਰਾ ਤਹਿਸੀਲ 'ਚ ਜਾ ਕੇ ਪੂਰਾ ਤੁਸੀਂ ਫਰਦ ਜਾਂ ਫਿਰ ਜਿਹੜੇ ਵੀ ਐਜ਼ ਪਰ ਲਾਅ ਹੁੰਦੀ ਹੈ ਚੀਜ਼ਾਂ ਉਹ ਤੁਸੀਂ ਜ਼ਰੂਰ ਵੈਰੀਫਾਈ ਕਰੋ, ਕਿਉਂਕਿ ਇਸ ਤਰ੍ਹਾਂ ਦੀ ਠੱਗੀ ਲਗਾਤਾਰ ਸਾਹਮਣੇ ਆ ਰਹੀ। ਪਹਿਲਾ ਮਾਮਲਾ ਨਹੀਂ, ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਗ੍ਰਿਫਤਾਰੀਆਂ ਹੋਈ ਹੈ, ਜਿਸ ਨੂੰ ਲੈ ਕੇ ਪੁਲਿਸ ਬਾਰ ਬਾਰ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਪਹਿਲਾਂ ਪੂਰਾ ਵੈਰੀਫਾਈ ਕਰੋ, ਉਸ ਤੋਂ ਬਾਅਦ ਹੀ ਤੁਸੀਂ ਕਿਤੇ ਵੀ ਇਨਵੈਸਟ ਕਰਨਾ ਜਾਂ ਕੋਈ ਵੀ ਚੀਜ਼ ਤੁਸੀਂ ਘਰ ਲੈਣਾ ਹੈ ਉਹ ਜ਼ਰੂਰੀ ਹੈ। ਖਰੜ ਤੋਂ ਕੈਮਰਾਮੈਨ ਅਜੇ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18, ਪੰਜਾਬ।